ਚਲਦੀ ਬੱਸ ਦਾ ਫਟਿਆ ਏਅਰ ਕੰਪਰੈਸ਼ਨ। ਓਵਰ ਬ੍ਰਿਜ ਦੇ ਡਿਵਾਈਡਰ ਚ ਜਾ ਵੱਜੀ ਬੱਸ। ਅੰਦਰ ਬੈਠੀਆਂ ਸੀ ਕਈ ਸਵਾਰੀਆਂ। ਤਾਂ ਵੱਡਾ ਹਾਦਸਾ ਹੋਇਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਇੱਕ ਬੱਸ ਜਿੱਥੇ ਅਚਾਨਕ ਇਸਦਾ ਏਅਰ ਕੰਪਰੈਸ਼ਨ ਫੜ ਜਾਂਦਾ, ਜਿਸ ਕਰਕੇ ਬੱਸ ਆਪਣਾ ਸੰਤੁਲਨ ਖੋ ਦਿੰਦੀ ਹੈ ਤੇ ਇੱਕ ਪਾਸੇ ਵੱਲ ਚਲੀ ਜਾਂਦੀ ਹੈ ਤੇ ਫਿਰ ਡਿਵਾਈਡਰ ਦੇ ਵਿੱਚ ਜਾ ਵੱਜਦੀ ਹੈ, ਜਿਸ ਕਰਕੇ ਬੱਸ ਬਿਲਕੁਲ ਓਵਰ ਬ੍ਰਿਜ ਦੇ ਇੱਕ ਪਾਸੇ ਰੁਕ ਜਾਂਦੀ ਹੈ, ਨਹੀਂ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਤਾਂ ਦੱਸ ਦਈਏ ਕਿ ਤਸਵੀਰਾਂ ਨੰਗਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ 10 ਤੋਂ 15 ਸਵਾਰੀਆਂ ਬੈਠੀਆਂ ਸੀ ਤੇ ਅੰਦਰ ਬੈਠੀਆਂ ਸਵਾਰੀਆਂ ਦੇ ਕਿਸੇ ਦੇ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ, ਜਿਸ ਕਰਕੇ ਵੱਡੇ ਨੁਕਸਾਨ ਤੋਂ ਬਚਾ ਰਿਹਾ। ਤਾਂ ਦੱਸ ਦਈਏ ਕਿ ਬੱਸ ਨੰਗਲ ਡਿਪੋ ਦੀ ਸੀ ਜੋ ਕਿ ਸ਼ਿਮਲੇ ਤੋਂ ਉਹਨਾਂ ਦੇ ਵੱਲ ਜਾ ਰਹੀ ਸੀ। ਤਾਂ ਰਸਤੇ ਦੇ ਵਿੱਚ ਇਸ ਬੱਸ ਦਾ ਅਚਾਨਕ ਏਅਰ ਕੰਪਰੈਸ਼ਨ ਫਟ ਗਿਆ, ਜਿਸ ਕਰਕੇ ਬੱਸ ਆਪਣਾ ਸੰਤੁਲਨ ਖੋ ਦਿੰਦੀ ਹੈ ਤੇ ਇੱਕ ਪਾਸੇ ਡਿਵਾਈਡਰ ਦੇ ਵਿੱਚ ਜਾ ਵੱਜਦੀ ਹੈ। ਕਰੇਨ ਜਾਂ ਹਾਈਡਰਾ ਮੰਗਵਾ ਕੇ ਇਹਨੂੰ ਸਾਈਡ ਤੇ ਕਰਾ ਕੇ ਰੋਡ ਕਲੀਅਰ ਕਰਾਵਾਂਗੇ, ਕਿਉਂਕਿ ਰੋਡ ਹਜੇ ਇੱਕ ਸਾਈਡ ਹੀ ਚੱਲ ਰਹੀ ਹੈ ਫਲਾਈਓਵਰ ਦੀ, ਤੇ ਲੋਕਾਂ ਨੂੰ ਥੋੜੀ ਸਮੱਸਿਆ ਤਾਂ ਆ ਰਹੀ ਹੈ ਔਰ ਬਾਰਿਸ਼ ਵੀ ਹੋ ਰਹੀ ਹੈ, ਇਸ ਕਰਕੇ ਥੋੜਾ ਰਾਹਤ ਕਰ ਰਹੇ ਜਾਂ ਥੋੜੀ ਜਿਹੀ ਦਿੱਕਤ ਹੋ ਰਹੀ ਹੈ, ਲੇਕਿਨ ਜਲਦ ਤੋਂ ਜਲਦ ਇਹਨੂੰ ਕਲੀਅਰ ਕਰਾਇਆ ਜਾਏ। ਅਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਹੋਰ ਕਿਤੇ ਕੋਈ ਪਹੁੰਚਿਆ ਨਹੀਂ ਹੈ ਸਰ? ਹਜੇ ਕਾਲ ਕੀਤੀ ਹੈ ਪੁਲਿਸ ਵਾਲਿਆਂ ਨਾਲ ਵੀ, ਮੇਰੀ ਗੱਲ ਹੋਈ ਹੈ, ਉਹ ਵੀ ਜਲਦ ਤੋਂ ਜਲਦ ਇੱਥੇ ਆ ਰਹੇ ਹੈ, ਮੈਨੂੰ ਹੁਣੀ 15 ਕੁ ਮਿੰਟ ਪਹਿਲਾਂ ਪਤਾ ਲੱਗਿਆ ਸੀ, ਮੈਂ ਤੁਰੰਤ ਹੀ ਇੱਥੇ ਮੌਕੇ 'ਤੇ ਆ ਗਿਆ। ਹਾਦਸਾ ਜੀ, ਗੱਡੀ ਸਾਡੀ ਸ਼ਿਮਲੇ ਤੋਂ ਇਹ ਚੰਡੀਗੜ੍ਹ ਤੋਂ ਉਹਨਾਂ ਜਾ ਰਹੀ ਸੀ ਤੇ ਸਾਨੂੰ ਵੀ ਹੁਣੇ ਲੱਗਿਆ ਜਸ ਡੀਪੂ ਦੇ ਵਿੱਚ ਫੋਨ ਆਇਆ ਕਿ ਜਿਹੜੀ ਗੱਡੀ ਹਾਦਸਾ ਗ੍ਰਸਤ ਹੋ ਗਈ ਹੈ। ਡਰਾਈਵਰ ਕੋਲ ਦੱਸਿਆ ਗਿਆ ਜਿਹੜਾ ਗੱਡੀ ਦਾ ਪ੍ਰੈਸ਼ਰ ਪਿਆ ਫਟਣ ਕਰਕੇ ਗੱਡੀ ਅਨਕੰਟਰੋਲ ਹੋ ਗਈ, ਤੁਹਾਨੂੰ ਪਤਾ ਪ੍ਰੈਸ਼ਰ ਪਿਆ ਫਟਣਾ, ਬ੍ਰੇਕ ਛੱਡ ਗਈ ਗੱਡੀ, ਉਹਦੇ ਕਰਕੇ ਜਿਹੜੀ ਗੱਡੀ ਹੈ ਡਿਵਾਈਡਰ ਕ੍ਰੋਸ ਕਰਕੇ ਇੱਧਰ ਥੋੜੀ ਹਾਦਸਾ ਗ੍ਰਸਤ ਹੋ ਗਈ ਹੈ ਜੀ। ਕਿੰਨੀਆਂ ਸਵਾਰੀਆਂ ਸੀ ਜੀ ਵਿੱਚ? ਸਵਾਰੀਆਂ 10 ਤੋਂ 12 ਸਵਾਰੀਆਂ ਗੱਡੀ ਦੇ ਵਿੱਚ ਸਫ਼ਰ ਕਰ ਰਹੀਆਂ ਸੀ, ਸਵਾਰੀਆਂ ਤੇ ਜਿਹੜਾ ਡਰਾਈਵਰ ਹੈ ਬਿਲਕੁਲ ਸਾਰੇ ਸੇਫ ਹੈ ਜੀ। ਸਰ, ਇਹ ਬੱਸ ਜਿਹੜੀ ਹੈ ਨੰਗਲ ਤੋਂ ਆ ਰਹੀ ਸੀ, ਪੰਜਾਬ ਰੋਡਵੇਜ਼ ਦੀ ਬੱਸ ਹੈ ਤੇ ਇਹ ਉਧਰ ਉਨਾ ਜਾਂ ਹਿਮਾਚਲ ਵੱਲ ਜਾਂ ਹੁਸ਼ਿਆਰਪੁਰ ਵੱਲ ਜਾ ਰਹੀ ਸੀਗੀ ਤੇ ਰਸਤੇ 'ਚ ਕੋਈ ਟੈਕਨੀਕਲ ਫਾਲਟ ਆਇਆ, ਜਾਂ ਤਾਂ ਬ੍ਰੇਕ ਫੇਲ ਹੋਈ ਹੈ ਜਾਂ ਕੰਪਰੈਸਰ ਫਟਿਆ ਕੋਈ, ਇਹ ਤਾਂ ਹੁਣ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਜ਼ਰੂਰ ਹੋਇਆ ਔਰ ਬੜਾ ਬਚਾਅ ਹੋ ਗਿਆ ਕਿ ਬੱਸ ਜਿਹੜੀ ਹੈ ਡਿਵਾਈਡਰ ਟੱਪ ਕੇ ਸਾਈਡ 'ਤੇ ਆਈ ਹੈ, ਲੇਕਿਨ ਸਾਈਡ ਦੀਆਂ ਰਿਟੇਨਿੰਗ ਵਾਲਸ ਦੇ ਨਾਲ ਟਕਰਾ ਕੇ ਰੁਕ ਗਈ, ਨੀਚੇ ਨਹੀਂ ਗਿਰੀ। ਨੀਚੇ ਗਿਰਦੀ ਤਾਂ ਹੋ ਸਕਦਾ ਕਿ ਨੀਚੇ ਜਿਹੜੇ ਘਰ ਸੀਗੇ NFL ਦੇ ਯਾਰ, ਨੀਚੇ ਸੜਕ ਸੀ ਉਹਦੇ 'ਤੇ ਗਿਰ ਕੇ ਕਿਸੇ ਨਾ ਕਿਸੇ ਦੇ ਉੱਤੇ ਜਾਨੀ ਨੁਕਸਾਨ ਵੀ ਹੋ ਸਕਦਾ, ਇਹਦਾ ਬਹੁਤ ਵੱਡਾ ਬਚਾਅ ਹੈ।